ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਪੰਜਾਬ ਦੇ ਕਈ ਪਿੰਡਾਂ ਦੇ ਸਰਪੰਚ ਭਈਏ ਹੋਣਗੇ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ, ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਘਟਨਾ ਲੈ ਕੇ। ਕੀ ਹੁੰਦਾ ਕਿ ਚੰਡੀਗੜ੍ਹ ਦੇ ਕੋਲੇ ਇੱਕ ਪਿੰਡ ਆ ਜਗਤਪੁਰਾ, ਉੱਥੇ ਚਲੋ ਜੀ ਹੁਣ ਤੁਹਾਨੂੰ ਪਤਾ ਕਿ ਸਰਪੰਚੀ ਦਾ ਜ਼ੋਰ ਆ, ਤਾਂ ਉੱਥੋਂ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਸਰਪੰਚ ਖੜਾ ਕਰ ਦਿੱਤਾ ਜਾਂਦਾ। ਤੇ ਚਲੋ ਜੀ ਸਾਰੇ ਨਗਰ ਨੇ ਏਕਤਾ ਕਰਕੇ ਕਿਹਾ ਵੀ ਚਲੋ ਸਰਬਸੰਮਤੀ ਨਾਲ ਇਹਨੂੰ ਹਾਰ ਪਾ ਦਿਓ, ਸਰਪੰਚ ਬਣਾ ਦਿਓ, ਬੰਦਾ ਚੰਗਾ ਪਿੰਡ ਦਾ ਕੰਮ ਕਰੂਗਾ, ਪਿੰਡ ਦਾ ਵਿਕਾਸ ਕਰੂਗਾ। ਜਦੋਂ ਸਰਬਸੰਮਤੀ ਹੋਣ ਲੱਗਦੀ ਆ, ਹਾਰ ਪੈਣ ਲੱਗਦੇ ਆ, ਤਾਂ ਉੱਧਰੋਂ ਕੁਝ ਕੁ ਪ੍ਰਵਾਸੀ, ਕੁਛ ਯੂਪੀ ਦੇ, ਕੁਝ ਬਿਹਾਰ ਦੇ, ਜਿਹਨਾਂ ਨੂੰ ਆਪਾਂ ਭਈਏ ਵੀ ਕਹਿ ਦਿੰਦੇ ਹਾਂ, ਉਹ ਆ ਜਾਂਦੇ ਆ। ਤਾਂ ਉਹ ਕਹਿੰਦੇ ਆ ਵੀ ਸਾਡੀ ਮਨਜ਼ੂਰੀ ਤੋਂ ਬਿਨਾਂ, ਸਾਡੀ ਮਰਜ਼ੀ ਤੋਂ ਬਿਨਾਂ ਤੁਸੀਂ ਆਪਦੇ ਬੰਦੇ ਨੂੰ ਸਰਪੰਚ ਕਿਵੇਂ ਬਣਾ ਸਕਦੇ ਜੇ। ਤਾਂ ਜਦੋਂ ਬਈਆਂ ਨੇ ਆਹ ਗੱਲ ਕਹੀ, ਜਿਹੜਾ ਬਾਕੀ ਦਾ ਸਾਰਾ ਪਿੰਡ ਸੀ ਉਹ ਹੈਰਾਨ ਹੋ ਗਿਆ ਵੀ ਸਾਡਾ ਪੰਜਾਬ ਆ, ਸਾਡੀ ਧਰਤੀ ਆ, ਸਾਡਾ ਪਿੰਡ ਆ, ਸਾਡੀ ਮਰਜ਼ੀ ਆ ਕਿ ਅਸੀਂ ਜਿਹਨੂੰ ਮਰਜ਼ੀ ਸਰਪੰਚ ਚੁਣੀਏ। ਤਾਂ ਜਦੋਂ ਬਈਆਂ ਨੇ ਇਹ ਗੱਲ ਕਹੀ ਵੀ ਸਾਡੀ 6500 ਵੋਟ ਆ, ਉਸ ਪਿੰਡ ਦੇ ਵਿੱਚ ਜਿਹੜੇ ਪੰਜਾਬੀ ਨੇ ਉਹਨਾਂ ਦੀ ਲਗਭਗ 800-900 ਵੋਟ ਆ, ਅਤੇ ਜਿਹੜੇ ਭਈਏ ਨੇ ਉਹਨਾਂ ਦੀ 6500 ਵੋਟ ਆ। ਹੁਣ ਜਿਹਦੀ 6500 ਵੋਟ ਆ ਉਹ ਵੀ ਹੁਣ ਦੂਜੀ ਧਿਰ ਆ, ਹੁਣ ਉਹ ਕਹਿੰਦੇ ਵੀ ਅਸੀਂ ਤਾਂ ਇਲੈਕਸ਼ਨ ਲੜਾਂਗੇ, ਜਿਹੜਾ ਜਿੱਤੂਗਾ ਉਹ ਸਰਪੰਚ ਬਣ ਜੂਗਾ, ਅਸੀਂ ਸਰਬਸੰਮਤੀ ਨਹੀਂ ਹੋਣ ਦਿੰਦੇ ਕਿਉਂਕਿ ਇੱਕ ਪਾਸੇ 6500 ਬੰਦਾ। ਚਲੋ ਜੀ ਉਸ ਤੋਂ ਬਾਅਦ ਗੱਲ ਚੱਲੀ ਵੀ ਇਹਨਾਂ ਦੀ 6500 ਬੰਦੇ ਦੀ ਵੋਟ ਕਿਵੇਂ ਬਣ ਗਈ। ਤਾਂ ਇਹ ਕੀ ਹੁੰਦਾ ਕਿ ਜਿਹੜਾ ਚੰਡੀਗੜ੍ਹ ਦੇ ਕੋਲ ਅੰਬ ਸਾਹਿਬ ਗੁਰਦੁਆਰਾ, ਇਹ ਸਭ ਤੋਂ ਪਹਿਲਾਂ ਉੱਥੇ ਆ ਕੇ ਝੁੱਗੀਆਂ ਝੋਪੜੀਆਂ ਦੇ ਵਿੱਚ ਵੱਸੇ ਸੀਗੇ। ਤੁਹਾਨੂੰ ਪਤਾ ਕਿ ਪੰਜਾਬ ਦੇ ਲੀਡਰਾਂ ਦਾ ਵੀ ਮਾੜਾ ਹਾਲ ਆ ਅਤੇ ਪਿੰਡ ਦੇ ਕਈ ਕਢਾਮ ਚੌਧਰੀਆਂ ਦਾ ਵੀ ਮਾੜਾ ਹਾਲ ਆ। ਜਦੋਂ ਇਹ ਅੰਬ ਸਾਹਿਬ ਗੁਰਦੁਆਰੇ ਕੋਲ ਆ ਕੇ ਰਹਿਣ ਲੱਗੇ ਸੀ, ਤਾਂ ਉਦੋਂ ਪੰਜਾਬ ਦੇ ਕਿਸੇ ਮਹਾਨ ਲੀਡਰ ਨੇ ਕੀ ਕੀਤਾ, ਇਹਨਾਂ ਦੀਆਂ ਵੋਟਾਂ ਬਣਵਾ ਦਿੱਤੀਆਂ ਆਪਦੇ ਲਾਲਚ ਲਈ। ਚਲੋ ਜੀ ਜਦੋਂ ਇਹਨਾਂ ਦੀਆਂ ਵੋਟਾਂ ਬਣ ਗਈਆਂ, ਫਿਰ ਇਹਨਾਂ ਨੇ ਉਸ ਲੀਡਰ ਨੂੰ ਕਿਹਾ ਹੋਊਗਾ ਭਾਈ ਸਾਡੇ ਕੋਈ ਰਹਿਣ ਦਾ ਜੁਗਾੜ ਕਰ, ਸਾਡਾ ਰਹਿਣ ਬਸੇਰਾ ਬਣਾ, ਸਾਨੂੰ ਕੋਈ ਪਲਾਟ ਦਿਓ, ਥਾਵਾਂ ਦਿਓ, ਅਸੀਂ ਰਹੀਏ, ਅਸੀਂ ਤੁਹਾਨੂੰ ਵੋਟਾਂ ਪਾਉਣੀਆਂ ਨੇ। ਤਾਂ ਜਿਹੜਾ ਇਹ ਜਗਤਪੁਰਾ ਪਿੰਡ ਆ, ਇਹਦੇ ਵਿੱਚ ਉਹਨਾਂ ਪ੍ਰਵਾਸੀਆਂ ਨੂੰ ਰੱਬ ਜਾਣੇ ਕਿ ਪੰਚਾਇਤੀ ਪੈਲੀ ਦੇ ਵਿੱਚੋਂ ਪਲਾਟ ਕੱਟ ਕੇ ਦੇ ਦਿੱਤੇ ਗਏ, ਜਾਂ ਕਿਸੇ ਲੀਡਰ ਨੇ ਆਪਦੇ ਕੋਲੋਂ ਜ਼ਮੀਨ ਖਰੀਦ ਕੇ ਇਹਨਾਂ ਦੇ ਪਲਾਟ ਕੱਟਤੇ, ਉਸ ਬਾਰੇ ਕੁਛ ਨਹੀਂ ਪਤਾ। ਚਲੋ ਜੀ ਉੱਥੋਂ ਦੇ ਵਸਨੀਕ ਬਣ ਗਏ, ਇਹਨਾਂ ਦੇ ਵੋਟਰ ਕਾਰਡ ਬਣ ਗਏ, ਇਹਨਾਂ ਦੇ ਆਧਾਰ ਕਾਰਡ ਬਣ ਗਏ, ਇਹਨਾਂ ਦੇ ਪੈਨ ਕਾਰਡ ਬਣ ਗਏ। ਅਤੇ ਇਹ ਖਬਰ ਤੁਸੀਂ ਸੋਸ਼ਲ ਮੀਡੀਆ 'ਤੇ ਉੱਡਦੀ ਉਂਝ ਵੀ ਦੇਖੀ ਹੋਊਗੀ ਕਿ ਇੱਕੋ ਪ੍ਰਵਾਸੀ ਆ ਅਤੇ ਉਹ ਆਪਦੀ ਫਾਈਲ ਹੱਥ 'ਚ ਫੜ ਕੇ ਕਹਿੰਦਾ ਵੀ ਮੈਂ ਸਰਪੰਚੀ ਦਾ ਇਲੈਕਸ਼ਨ ਲੜਨਾ, ਵੀ ਮੈਂ ਫਾਈਲ ਅਪਲਾਈ ਕਰਨੀ ਹੈ। ਹੁਣ ਗੱਲ ਇਹ ਸੋਚਣ ਵਾਲੀ ਆ ਵੀ ਕਿ ਹੁਣ ਆਪਣੇ ਗੁਲਾਮੇ ਨੂੰ ਹੱਥ ਪੈਣ ਦੇ ਵਿੱਚ ਬਸ ਥੋੜ੍ਹੇ ਸਾਲ ਹੀ ਰਹਿੰਦੇ ਆ, ਕੋਈ ਬਾਹਲੇ ਸਾਲ ਨਹੀਂ ਰਹਿੰਦੇ, ਕਿਉਂਕਿ ਗੁਲਾਮੇ ਨੂੰ ਹੱਥ ਕਿਵੇਂ ਪੈਣਾ ਸੋਚਣ ਵਾਲੀ ਗੱਲ ਇਹ ਆ ਬਈ, ਜਿਹੜੇ ਆਪਣੇ ਹੁਣ ਜ਼ਿਮੀਂਦਾਰ ਨੇ ਜਾਂ ਹੋਰ ਪੰਜਾਬੀ, ਹੋਰ ਵੀ ਕਮਿਊਨਿਟੀਆਂ ਆ ਜਾਂਦੀਆਂ ਨੇ, ਤਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੱਕ ਇੱਕ ਬੱਚਾ ਰੱਖਿਆ ਜਾ ਰਿਹਾ। ਜਿਹੜੇ ਇੱਕ ਇੱਕ ਬੱਚਾ ਹੁੰਦਾ ਉਹ ਗੱਭਰੂ ਜਵਾਨ ਹੁੰਦਾ, ਉਹ ਆਪਣੇ ਲਈ ਜਹਾਜ਼ ਚੜਾ ਦਿੰਦੇ ਆ, ਚਲੋ ਜੀ ਉਹ ਕੈਨੇਡਾ ਚਲਾ ਗਿਆ, ਅਮੈਰੀਕਾ ਚਲਾ ਗਿਆ, ਜਾਂ ਆਸਟ੍ਰੇਲੀਆ ਚਲਾ ਗਿਆ, ਜਾਂ ਨਿਊਜ਼ੀਲੈਂਡ ਚਲਾ ਗਿਆ, ਉੱਥੇ ਜਾ ਕੇ ਸੈੱਟ ਹੋ ਗਿਆ। ਜਿਹੜੇ ਹੁਣ ਇਹ ਪ੍ਰਵਾਸੀ ਨੇ, ਇਹ ਕਿਸੇ ਦੇ 4 ਬੱਚੇ ਨੇ, ਕਿਸੇ ਦੇ 5 ਬੱਚੇ ਨੇ, ਕਿਸੇ ਦੇ 7 ਬੱਚੇ ਵੀ ਨੇ। ਹੁਣ ਇਹਨਾਂ ਦੀਆਂ ਵੋਟਾਂ ਤਾਂ ਸਮਝ ਲਓ ਵੀ ਆਏ ਦਿਨ ਹੀ ਵੱਧ ਰਹੀਆਂ ਨੇ, ਅਤੇ ਆਪਣੀਆਂ ਵੋਟਾਂ ਆਏ ਦਿਨ ਘੱਟ ਰਹੀਆਂ ਨੇ, ਕਿਉਂਕਿ ਆਪਣਾ ਹੁਣ ਇੱਕ ਇੱਕ ਤਾਂ ਜਵਾਕ ਆ ਬਈ, ਉਹ ਵੀ ਬਾਹਰਲੇ ਦੇਸ਼ਾਂ ਨੂੰ ਤੋਰਤਾ, ਜਿਹੜਾ ਬਾਹਰਲੇ ਦੇਸ਼ ਜਾ ਵੜਿਆ ਉਹਨਾਂ 'ਚੋਂ ਕੋਈ ਟਾਵਾਂ ਟੱਲੇ ਮੁੜਦਾ ਨਹੀਂ, ਅਤੇ ਮੈਂ ਤਾਂ ਕੋਈ ਮੁੜਦਾ ਦੇਖਿਆ ਨਹੀਂ ਗਾ। ਅਗਲੇ ਦੇ ਇੱਕ ਵਾਰੀ ਬਾਹਰ ਜਾ ਵੜੇ ਮੁੜ ਕੇ ਅਗਲਾ ਕਹਿੰਦਾ ਵੀ ਸਾਡੇ ਤਾਂ ਪੰਜਾਬ ਹੁਣ ਵੇਚ ਹੀ ਨਹੀਂ ਹੈਗਾ। ਤਾਂ ਜਿਵੇਂ ਜਿਵੇਂ ਇਹਨਾਂ ਦੀ ਹੁਣ ਗਿਣਤੀ ਪੰਜਾਬ 'ਚ ਵੱਧ ਰਹੀ ਆ, ਇਹਨਾਂ ਦੀਆਂ ਵੋਟਾਂ ਬਣ ਰਹੀਆਂ, ਇਹਨਾਂ ਦੇ ਆਧਾਰ ਕਾਰਡ ਬਣ ਰਹੇ ਆ, ਇਹ ਇੱਥੋਂ ਦੇ ਪੱਕੇ ਵਸਨੀਕ ਬਣ ਰਹੇ ਆ, ਤਾਂ ਅੱਜ ਇਹ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਆ, ਆਉਣ ਵਾਲੇ ਟਾਈਮ ਦੇ ਵਿੱਚ MLA ਵੀ ਬਣਨਗੇ, ਇਹਨਾਂ ਦੇ ਮੰਤਰੀ ਵੀ ਬਣਨਗੇ। ਹੁਣ ਜਿਹੜੇ ਭਈ ਇੱਥੇ ਆ ਗਏ, ਜਿਨ੍ਹਾਂ ਦੇ ਆਧਾਰ ਕਾਰਡ ਬਣ ਗਏ, ਪੈਨ ਕਾਰਡ ਬਣ ਗਏ, ਇੱਥੋਂ ਦੇ ਵਸਨੀਕ ਬਣ ਗਏ, ਇੱਥੇ ਉਹਨਾਂ ਦੇ ਜਵਾਕ ਪੜ੍ਹਨ ਲੱਗ ਗਏ, ਕੱਲ੍ਹ ਨੂੰ ਨੌਕਰੀਆਂ ਵੀ ਉਹਨਾਂ ਨੇ ਲੈਣੀਆਂ ਨੇ। ਚਲੋ ਨੌਕਰੀਆਂ ਤਾਂ ਪਹਿਲਾਂ ਇਹਨਾਂ ਨੂੰ ਬਥੇਰੀਆਂ ਮਿਲ ਜਾਂਦੀਆਂ ਨੇ, ਜਦੋਂ ਪੰਜਾਬ 'ਚ ਰਹਿਣਗੇ ਤਾਂ ਫਿਰ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ। ਅਤੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਸਾਰਾ, ਹੁਣ ਉਹਨਾਂ ਬਾਰੇ ਬਾਹਲਾ ਬੋਲਣ ਦੀ ਕੋਈ ਲੋੜ ਨਹੀਂ ਹੈਗੀ, ਹੈ ਨਾ। ਉਹਨਾਂ ਨੇ ਤਾਂ ਆਪਦਾ ਲੋਟ ਦੇਖਣਾ ਵੀ ਸਾਨੂੰ ਕਿੱਧਰੋਂ ਵੱਧ ਵੋਟ ਆਉਂਦੀ ਆ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਜਿਹੜੇ ਅਸੀਂ ਅਜੇ ਕੰਡੇ ਬੀਜ ਰਹੇ ਹਾਂ ਵੀ ਇਹ ਕੰਡੇ ਸਾਡੇ ਪੰਜਾਬੀਆਂ ਦੇ ਹਰ ਪੈਰ ਥੱਲੇ ਆਉਣਗੇ, ਅਤੇ ਇਹ ਕੰਡੇ ਇਹੋ ਜਿਹੇ ਆ ਜਿਹੜੇ ਅੱਜ ਆਪਣੇ ਪੈਰਾਂ 'ਚ ਖਿਲਾਰੇ ਜਾ ਰਹੇ ਆ, ਇਹ ਮੁੜ ਕੇ ਆਉਣ ਵਾਲੇ ਟਾਈਮ 'ਚ ਆਪਣੇ ਤੋਂ ਚੁਗੇ ਨਹੀਂ ਜਾਣੇ। ਇਹ ਗੱਲ ਤੁਸੀਂ ਯਾਦ ਰੱਖਿਓ, ਅੱਜ ਤਾਂ ਇਹ ਕਈਆਂ ਨੂੰ ਗੱਲ ਹਾਸੋ ਹੀ ਨਹੀਂ ਲੱਗਦੀ ਹੋਊਗੀ ਵੀ ਐਵੇਂ ਭਕਾਈ ਮਰੀ ਜਾਂਦਾ ਵੀਡੀਓ ਦੇ ਵਿੱਚ, ਹੈ ਨਾ, ਵੀ ਐਂ ਥੋੜ੍ਹੀ ਹੋਜੂ ਵੀ ਪੰਜਾਬ ਨੂੰ ਭਈਏ ਨੱਪ ਲੈਣਗੇ। ਪਰ ਬਾਈ ਕਦੇ ਠੰਡੇ ਦਿਮਾਗ ਨਾਲ ਬਹਿ ਕੇ ਸੋਚਿਓ ਕਿ ਆਪਣੇ ਪਿੰਡ ਦੇ ਵਿੱਚ ਕਿੰਨੇ ਘਰ ਨੇ, ਕਿੰਨਿਆਂ ਦੇ ਕਿੰਨੇ ਕਿੰਨੇ ਜਵਾਕ ਨੇ, ਅਤੇ ਕਿੰਨੇ ਘਰਾਂ ਦੇ ਜਵਾਕ ਬਾਹਰਲੇ ਦੇਸ਼ਾਂ ਚਲੇ ਗਏ। ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਚਲੇ, ਉਹ ਉੱਥੇ ਹੀ ਵਿਆਹੇ ਜਾਣਗੇ, ਉੱਥੇ ਉਹਨਾਂ ਦਾ ਜਵਾਕ ਜੱਲਾ ਪੈਦਾ ਹੋਊਗਾ, ਉਹਨਾਂ ਨੇ ਮੁੜ ਕੇ ਪੰਜਾਬ ਸਾਰੀ ਉਮਰ ਆਉਣਾ ਨਹੀਂ ਗਾ। ਪੰਜਾਬ ਦੇ ਤੁਸੀਂ ਵੱਡੇ ਸ਼ਹਿਰਾਂ 'ਚ ਜਾ ਕੇ ਦੇਖ ਲਓ, ਜਲੰਧਰ ਜਾ ਕੇ ਦੇਖ ਲਓ, ਚੰਡੀਗੜ੍ਹ ਦੇਖ ਲਓ, ਮੋਹਾਲੀ ਦੇਖ ਲਓ, ਲੁਧਿਆਣਾ ਦੇਖ ਲਓ, ਬਠਿੰਡਾ ਦੇਖ ਲਓ, ਪਟਿਆਲਾ ਦੇਖ ਲਓ, ਕਿੰਨਾ ਭਈ ਆਬਾਦ ਉੱਥੇ, ਅਤੇ ਕਿੰਨੇ ਭਈਆਂ ਦੀਆਂ ਇਹੋ ਜਿਹੀਆਂ ਆਲੀਸ਼ਾਨ ਕੋਠੀਆਂ ਨੇ ਜਿਹੜੀਆਂ ਆਪਣੀਆਂ ਜ਼ਿਮੀਂਦਾਰਾਂ ਨੇ ਵੀ ਇਹੋ ਜਿਹੀਆਂ ਕੋਠੀਆਂ ਪਾਈਆਂ ਹੋਣਗੀਆਂ।
ਜੇ ਕਿਸੇ ਨੂੰ ਕੋਈ ਸ਼ੱਕ ਹੋਇਆ ਤਾਂ ਮੈਨੂੰ ਫੋਨ ਕਰ ਲਿਓ, ਉਹ ਕੋਠੀਆਂ ਤੁਹਾਨੂੰ ਮੈਂ ਵਿਖਾ ਲਿਆਊਂਗਾ ਵੀ ਆਹ ਆਹ ਇਹਨਾਂ ਭਾਈਆਂ ਦੀਆਂ ਕੋਠੀਆਂ ਨੇ, ਦੇਖ ਲਿਓ। ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਨੂੰ ਭਜਾ ਦਿਓ ਜਾਂ ਇਹਨਾਂ ਦੇ ਗਲ ਪੈ ਜਾਓ, ਨਹੀਂ ਨਹੀਂ ਇੱਦਾਂ ਨਹੀਂ ਬਿਲਕੁਲ ਵੀ। ਚਲੋ ਆਪਣੇ ਬੰਦੇ ਵੀ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ, ਕਮਾਈ ਕਰਦੇ ਆ, ਕੋਈ ਗੱਲ ਨਹੀਂ, ਕਮਾਈ ਕਰਨ ਲਈ ਆਉਣ, ਜੀ ਸਦਕੇ ਕਮਾਈ ਕਰਨ, ਕੋਠੀਆਂ ਪਾਉਣ ਕੋਈ ਚੱਕਰ ਨਹੀਂ, ਪਰ ਕੋਠੀਆਂ ਪਾਉਣ ਆਪਦੀ ਸਟੇਟ 'ਚ ਜਾ ਕੇ, ਆਪਦੇ ਪਿੰਡਾਂ 'ਚ ਜਾ ਕੇ, ਪੰਜਾਬ 'ਚ ਨਾ ਪਾਉਣ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀ ਇਹ ਵੀਡੀਓ ਸਰਕਾਰ ਤੱਕ ਪਹੁੰਚੇ। ਸਰਕਾਰ ਨੂੰ ਬਾਕੀ ਤਾਂ ਸਾਰਾ ਕੁਛ ਪਤਾ ਹੀ ਆ, ਪਰ ਆਪਣੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ। ਇਸ ਚੀਜ਼ ਦੀ ਮੰਗ ਉਠਾਓ ਕਿ ਭਈਆਂ ਨੂੰ ਪੰਜਾਬ ਦੇ ਵਿੱਚ ਪੱਕਾ ਨਾ ਕੀਤਾ ਜਾਵੇ, ਇਹਨਾਂ ਦੇ ਆਧਾਰ ਕਾਰਡ, ਵੋਟ ਕਾਰਡ, ਪੈਨ ਕਾਰਡ ਪੰਜਾਬ 'ਚ ਨਾ ਬਣਨ, ਇਹ ਜ਼ਮੀਨ, ਕੋਈ ਵੀ ਪਲਾਟ, ਕੋਈ ਵੀ ਕੋਠੀ ਪੰਜਾਬ ਦੇ ਵਿੱਚ ਨਾ ਖਰੀਦ ਸਕਣ। ਹੁਣ ਤੁਸੀਂ ਆਪਣਾ ਗਵਾਂਢੀ ਸੂਬਾ ਦੇਖ ਲਓ, ਰਾਜਸਥਾਨ। ਰਾਜਸਥਾਨ 'ਚ ਆਪਣਾ ਪੰਜਾਬ ਦਾ ਬੰਦਾ ਕੋਈ ਜ਼ਮੀਨ ਖਰੀਦ ਸਕਦਾ? ਕਿਸੇ ਤਰ੍ਹਾਂ ਸਿੱਧੀ ਰਜਿਸਟਰੀ ਹੋ ਸਕਦੀ ਹੈ? ਨਹੀਂ ਹੋ ਸਕਦੀ। ਹਿਮਾਚਲ ਚਲੇ ਜਾਓ, ਹਿਮਾਚਲ 'ਚ ਆਪਣੇ ਨਾਲ ਸਿੱਧੀ ਰਜਿਸਟਰੀ ਹੋ ਜੂਗੀ ਜ਼ਮੀਨ ਖਰੀਦ ਸਕਦਾ, ਬਾਹਰਲੀ ਸਟੇਟ ਦਾ ਨਹੀਂ। ਫਿਰ ਆਪਣੀ ਪੰਜਾਬ 'ਚ ਇੰਨਾ ਗੰਦ ਕਿਉਂ ਪਿਆ ਹੋਇਆ ਕਿ ਜਿਹੜਾ ਮਰਜ਼ੀ ਆਵੇ ਆ ਕੇ ਜ਼ਮੀਨ ਖਰੀਦੇ, ਪਲਾਟ ਖਰੀਦੇ, ਜੋ ਮਰਜ਼ੀ ਖਰੀਦੇ। ਆਉਣ ਵਾਲੇ ਟਾਈਮ ਦੇ ਵਿੱਚ ਕਈ ਪਿੰਡਾਂ ਦੇ ਇਹ ਸਰਪੰਚ ਬਣਨਗੇ, ਕਿਉਂਕਿ ਬਾਈ ਜੀ ਇੱਕ ਭਈਏ ਦੇ ਚਾਰ ਪੰਜ ਪੰਜ ਜਵਾਕ ਆ, ਅਤੇ ਦਸਾਂ ਕੁ ਸਾਲਾਂ ਦੇ ਵਿੱਚ ਇਹਨਾਂ ਦੀ ਆਬਾਦੀ ਇੰਨੀ ਕੁ ਵੱਧ ਜਾਣੀ ਆ ਕਿ ਜੇ ਇੱਕ ਪਿੰਡ ਦੀ 1000 ਵੋਟ ਤਾਂ 1000 ਚੋਂ 700 ਭਈਆ ਹੋਇਆ ਕਰੂ ਤਾਂ 300 ਪੰਜਾਬੀ ਹੋਇਆ ਕਰੂਗਾ, ਕਿਉਂਕਿ ਆਪਣਾ ਜਿਹੜਾ ਇੱਕ ਇੱਕ ਜਵਾਕ ਤਾਂ ਬਾਹਰ ਜਾ ਵੜਿਆ, ਆਪਣੀ ਆਬਾਦੀ ਕਿੱਥੋਂ ਵਧਣੀ ਆ? ਜਿਹੜੇ ਬੁੱਢੇ ਠੇਰੇ ਵਿਚਾਰੇ ਬਜ਼ੁਰਗ ਆ ਉਹ ਮਰ ਜਾਣਗੇ, ਆਪਣੀ ਤਾਂ ਆਬਾਦੀ ਆਏ ਦਿਨ ਘਟਣੀ ਹੋਈ ਆ। ਇਸ ਕਰਕੇ ਇਸ ਮੰਗ ਨੂੰ ਜ਼ਰੂਰ ਮੁੱਖ ਰੱਖੋ, ਅਤੇ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਭਰਾਵੋ, ਬਾਕੀ ਤਾਂ ਤੁਸੀਂ ਜਿਹੜਾ ਕੁਛ ਕਰੀ ਜਾਂਦੇ ਜੇ ਠੀਕ ਆ, ਲੁੱਟ ਕਸੁੱਟ ਜੋ ਕਰੀ ਜਾਂਦੇ ਜੋ ਤੁਸੀਂ ਕਰਨੋਂ ਨਹੀਂ ਹਟਣਾ, ਪਰ ਮੈਂ ਇੱਕੋ ਤੁਹਾਡੇ ਅੱਗੇ ਬੇਨਤੀ ਕਰਦਾ ਹੱਥ ਜੋੜ ਕੇ ਵੀ ਸਾਡਿਆਂ ਰਾਹਾਂ ਦੇ ਵਿੱਚ ਇਹੋ ਜਿਹੇ ਕੰਡੇ ਨਾ ਬੀਜੋ, ਸਾਡੇ ਪੰਜਾਬੀਆਂ ਦੇ ਰਾਹਾਂ 'ਚ ਇਹੋ ਜਿਹੇ ਕੰਡੇ ਨਾ ਬੀਜੋ, ਇਹੋ ਜਿਹੀਆਂ ਗੰਢਾਂ ਨਾ ਦਿਓ ਜਿਹੜੀਆਂ ਮੁੜ ਕੇ ਕੱਲ੍ਹ ਨੂੰ ਮੂੰਹ ਨਾਲ ਵੀ ਨਹੀਂ ਖੁੱਲਣੀਆਂ। ਕਿਉਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗਰਕ ਕਰਨ ਲੱਗੇ ਹੋ, ਕਿਉਂ ਸਾਡਾ ਪੰਜਾਬੀਆਂ ਦਾ ਤੁਸੀਂ ਬੇੜਾ ਗਰਕ ਕਰਨ ਲੱਗੇ ਹੋ? ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਇੱਕ ਜਿਹੜਾ ਆਪਣਾ ਹੁਣ ਬਾਹਰ ਦਾ ਰੁਝਾਨ ਚੱਲਿਆ ਹੋਇਆ, ਅੱਜ ਸ਼ਾਇਦ ਆਪਾਂ ਨੂੰ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਦੇ ਜਹਾਜ਼ ਜਾਂ ਫਲਾਈਟਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਆਪਾਂ ਬੜੇ ਫੋਟੋਆਂ ਪਾਉਂਦੇ ਹਾਂ ਕਿ ਹਾਂਜੀ ਬਾਏ ਬਾਏ ਪੰਜਾਬ, ਬਾਏ ਬਾਏ ਇੰਡੀਆ ਵਿੱਚ ਚੱਲੇ ਹਾਂ। ਇੱਕ ਦਿਨ ਇਹੋ ਜਿਹਾ ਟਾਈਮ ਵੀ ਆਊਗਾ ਜਦੋਂ ਤੁਸੀਂ ਪੰਜਾਬ ਨੂੰ ਤਰਸੋਂਗੇ, ਪਰ ਅਫਸੋਸ ਦੀ ਗੱਲ ਇਹ ਹੋਣੀ ਆ ਕਿ ਉਸ ਟਾਈਮ ਨੂੰ ਪੰਜਾਬ ਤੁਹਾਡੇ ਹੱਥ 'ਚ ਨਹੀਂ ਹੋਣਾ। ਬਸ ਇਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਭਰਾਵੋ, ਅਤੇ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਕਿਸੇ ਭਰਾ ਨੂੰ ਕੋਈ ਗੱਲ ਚੁਭਵੀਂ ਲੱਗੀ ਹੋਈ ਤਾਂ ਮਾਫ਼ੀ ਚਾਹੁੰਦੇ ਹਾਂ। ਬਾਕੀ ਮੇਰੇ ਹਿਸਾਬ ਨਾਲ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕਹੀ, ਮੈਂ ਸਿਰਫ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖੀ ਹੋਊਗੀ ਕਿ ਸਰਪੰਚੀ ਲਈ ਭਈਏ ਫਾਈਲਾਂ ਚੱਕੀ ਫਿਰਦੇ ਸੀਗੇ, ਪਰ ਕਦੇ ਰਾਤ ਨੂੰ 2 ਮਿੰਟ ਬਹਿ ਕੇ ਸੋਚਿਓ ਕਿ ਪੰਜਾਬ ਤੁਰਿਆ ਕਿੱਧਰ ਨੂੰ ਜਾਂਦਾ, ਵੀ ਅੱਜ ਇਹੋ ਜਿਹਾ ਟਾਈਮ ਆ ਗਿਆ ਕਿ ਸਾਡੇ ਪੰਜਾਬ ਦੇ ਵਿੱਚ ਭਈਏ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਆ, ਅਤੇ ਆਉਣ ਵਾਲੇ ਟਾਈਮ 'ਚ ਕੀ ਕੁਝ ਬਣੂਗਾ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ।